ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਸਥਿਤ ਯੂਐਨ ਵਨ ਦਫ਼ਤਰ ਅੱਗੇ 15 ਅਗਸਤ ਨੂੰ ਹੋ ਰਹੇ ਆਜ਼ਾਦੀ ਮਾਰਚ ਵਿੱਚ ਯੂਰਪ ਭਰ ਤੋਂ ਜਥੇਬੰਦੀਆਂ ਪਹੁੰਚਦੀਆਂ ਨੇ ਜੋ ਭਾਰਤੀ ਹਕੂਮਤ ਵੱਲੋਂ ਲੋਕਾਂ 'ਤੇ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ, ਜ਼ੁਲਮ, ਪੱਖਪਾਤ ਅਤੇ ਮਨੁੱਖੀ ਆਜ਼ਾਦੀ ਦੇ ਹੱਕ ਦਿਵਾਉਣ ਵਿਰੁੱਧ ਰੋਸ ਵਜੋਂ ਆਜ਼ਾਦੀ ਮਾਰਚ ਕੱਢਣਗੇ। ਇਸ ਰੋਸ ਆਜ਼ਾਦੀ ਮਾਰਚ ਵਿੱਚ ਇਟਲੀ, ਫਰਾਂਸ, ਜਰਮਨੀ, ਸਵਿਸ, ਬੈਲਜੀਅਮ, ਸਪੇਨ, ਬਰਤਾਨੀਆ ਤੋਂ ਸਿੱਖ, ਕਸ਼ਮੀਰੀ, ਭਾਰਤੀ ਮੂਲ ਨਿਵਾਸੀ ਅਤੇ ਹੋਰ ਘੱਟ ਗਿਣਤੀ ਦੇ ਲੋਕ ਜੋ ਭਾਰਤ ਵਿੱਚ ਗੁਲਾਮੀ ਮਹਿਸੂਸ ਕਰਦੇ ਹਨ ਉਹ ਵੱਧ ਚੜ੍ਹ ਕੇ ਪਹੁੰਚ ਰਹੇ ਨੇ। ਇਸ ਸੰਬੰਧੀ ਇੱਕ ਮੈਮੋਰੈਂਡਮ ਯੂਐਨ ਵਨ ਦਫ਼ਤਰ ਜਨੇਵਾ ਵਿਖੇ ਦਿੱਤਾ ਜਾਵੇਗਾ। ਇਟਲੀ ਤੋਂ ਵਿੱਕੀ ਬਟਾਲਾ ਦੀ ਰਿਪੋਰਟ।